की गल होगी? सट सुट तो नहीं लग गई? ओए होया की सी? ओ होना की है जनाब, एक ते मेरी गड्डी भनती। अच्छा, उतो इनी सोनी नड्डी भनती ते उतो अखां पे कर दे है। कोई नहीं, हाँ, देखदा मैं इनन। तू बैठ भगवाने। हेलो, हाँ, सिरे सिरे कित्थों दारू पी के आए हो? एक्सीडेंट करके भज दियो, कागज कढ़ो कागज। जनाब साडी कोई गलती नहीं, ओही पुठे पासों आके बिच वज्या। ਸਾਲਿਆ ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ, ਕਿਹਾ ਨਾ ਕਾਗਜ਼ ਕੱਢ। ਸਾਲਾ ਨਾ ਹੋਵੇ ਤਾਂ ਹੋਰ ਹੀ ਗੱਲਾਂ ਕਰਦਾ। ਓ ਬਾਈ ਜੀ, ਬਾਈ ਜੀ, ਕੀ ਬਾਈ ਜੀ? ਗਾਲ ਨਾ ਕੱਢ ਸਾਲਿਆ, ਤੇਰੀ ਭੈਣ ਤੇਰੀ ਵੱਡੇ ਦੀ ਕਿਹਾ ਸੀ ਨਾ ਗਾਲ ਨਾ ਕੱਢ, ਉਸੇ ਤਾਂ ਹੁਣ ਕੱਢ ਗਾ ਤੇਰੀ। ਓਏ ਖੱਤਰ ਫੜ ਲੈ ਤੂੰ, ਫੜ ਲੈ ਤੇਰੀ। ਓਏ ਅੱਜ ਤੋਂ ਬਾਅਦ ਤਾਂ ਨਹੀਂ ਬਾਈ ਉਹ ਪੁਲਿਸ ਵਾਲੇ ਕਿਸੇ ਨਾਲ ਪੰਗਾ ਲੈਂਦੇ। ਹੈਂ, ਉਹ ਲੈ ਕੇ ਤਾਂ ਦੇਖਣ ਪੰਗਾ, ਸਾਲੀ ਗੋਲੀ ਨਾ ਲੰਘਾ ਤੂੰ ਵਿੱਚ ਦੀ। ਕਿਹੜੀ ਗੋਲੀ ਓਏ? ਜ਼ੁਕਾਮ ਵਾਲੀ। ਓਏ ਤੂੰ ਜਾਣਦਾ ਨਹੀਂ ਭੋਲੇ ਜੱਟ ਨੂੰ। ਖੜ ਜਾ, ਖੜ ਜਾ। ਟੈਂਟਰ ਓਏ ਆ ਕਿੱਥੋਂ ਲਿਆਂਦਾ? ਓਏ ਬਾਈ, ਇਸ ਸਹੀ ਨਾਲ ਲੜਾਈ ਨਹੀਂ ਸੀ ਬਾਈ, ਉਹਦਾ ਡਿੱਗਿਆ ਮੈਂ ਚੱਕ ਲਿਆ। ਉਹ ਭੋਲੇ ਆ ਕੀ ਨਵਾਂ ਪੰਗਾ ਲੈ ਲਿਆ ਤੂੰ? ਤੂੰ ਜਾਣਦਾ ਕਿੱਡੇ ਵੱਡੇ ਕੇਸ 'ਚ ਫਸ ਸਕਦਾ ਤੂੰ? ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੀ ਜ਼ਮਾਨਤ ਵੀ ਨਹੀਂ ਹੋਣੀ। ਭੋਲਾ ਤਾਂ ਗਿਆ ਅੰਦਰ। ਹੈਂ, ਉਹ ਚਲੋ ਜੋ ਹੋਣਾ ਸੀ ਹੋ ਗਿਆ। ਹੁਣ ਐਂ ਕਰੋ ਸਾਰੇ ਜਣੇ 10-12 ਦਿਨ ਲਈ ਉਰਾਂ ਪਰਾਂ ਹੋ ਜਾਓ, ਜਦ ਤੱਕ ਗੱਲ ਠੰਡੀ ਨਹੀਂ ਪੈਂਦੀ। ਹਾਂਜੀ ਸੀ ਯਾਰ ਬਾਈ। ਗਾਂਧੀ, ਉਹ ਜਿਹੜੀ ਪੁਲਿਸ ਕੁੱਟੀ ਸੀ ਨਾ ਤੁਸੀਂ, ਉਸ ਚੱਕਰ 'ਚ ਆਪਣੇ ਸਾਰੇ ਬੰਦੇ ਚੱਕੇ ਗਏ। ਐਂ ਕਿਵੇਂ ਚੱਕੇ ਗਏ ਬਾਈ? ਨਾਲੇ ਮੈਂ ਕਿਹਾ ਸੀ ਵੀ 10-12 ਦਿਨ ਉਹਨਾਂ ਪਰਾਂ ਰਿਹੋ, ਮੈਂ ਤਾਂ ਆਪ ਆ ਕੇ ਮੋਟਰ 'ਤੇ ਸੌਂਦਾ। ਤੂੰ ਐਂ ਕਰ, ਤੂੰ MLA ਨਾਲ ਗੱਲ ਕਰ। ਨਾ ਨਾ ਬਾਈ, MLA ਨਾਲ ਨਹੀਂ ਗੱਲ ਬਣਨੀ, ਉਹਨੇ ਥਾਣੇਦਾਰ ਵਾਲੇ ਕੇਸ 'ਚ ਕਿਹੜਾ ਆਪਣੀ ਮਦਦ ਕੀਤੀ ਆ। ਮੈਂ ਕਰਦਾ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਦੇਖਦਾ। ਠੀਕ ਆ। ਉਹ ਕਾਕਾ ਜੀ, ਤੁਸੀਂ ਪੁਲਿਸ ਨੂੰ ਹੱਥ ਪਾਇਆ? ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ? ਸਾਰੇ ਪੰਜਾਬ 'ਚ ਪੁਲਿਸ ਦੀ ਥੂ ਥੂ ਹੋਈ ਪਈ ਆ। ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ। ਦੇਖ ਬਈ, ਇਸ ਕੇਸ 'ਚੋਂ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ। ਰਹੀ ਗੱਲ ਪੁਲਿਸ ਦੀ, ਉਹਨੇ ਗਾਲ ਕੱਢੀ ਸੀ, ਉਹਨੂੰ ਸੁਧਾਰਨਾ ਜ਼ਰੂਰੀ ਸੀ। ਤੂੰ ਸਾਰਿਆਂ ਨੂੰ ਸੁਧਾਰਨ ਦਾ ਠੇਕਾ ਲਿਆ? ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਹ ਨਹੀਂ ਲੱਗਣ ਦਿੱਤੀ। ਜਾਣਦਾ ਉਹ ਕੌਣ ਸੀ? ਉਹ MLA ਦਾ ਖਾਸ ਬੰਦਾ ਸੀ। ਹੁਣ ਤੁਸੀਂ ਦੁਬਾਰਾ ਫਿਰ ਉਹੀ ਚੰਦ ਚਾੜਤਾ। ਦੇਖੋ ਗਾਂਧੀ, ਮੈਂ ਤਾਂ ਇੰਨਾ ਹੀ ਕਰ ਸਕਦਾ ਵੀ ਇਸ ਵਾਰ ਪੁਲਿਸ ਤੈਨੂੰ ਕੁਛ ਨਹੀਂ ਕਹੂ। ਤੇ ਮੇਰੇ ਯਾਰ, ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ, ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ। ਮਸਲਾ DGP ਤੱਕ ਪਹੁੰਚ ਚੁੱਕਾ, 4 ਦਿਨ ਰਹਿ ਲੈਣ ਦੇ ਉਹਨਾਂ ਨੂੰ ਅੰਦਰ। ਠੀਕ ਆ ਮੰਤਰੀ ਸਾਹਿਬ, ਫਿਰ ਮੈਂ ਵੀ ਉਹਨਾਂ ਕੋਲ 4 ਦਿਨ ਲਾ ਹੀ ਆਉਣਾ। ਯਾਰ ਨੇ ਉਹ ਮੇਰੇ, ਉਹਨਾਂ ਯਾਰਾਂ ਦੇ ਸਿਰ 'ਤੇ ਹੀ ਇਹ ਗਾਂਧੀ ਗਾਂਧੀ ਆ। ਵਹਿਮ ਹੈ ਤੇਰਾ, ਗਾਂਧੀ ਗਾਂਧੀ ਮੇਰੇ ਕਰਕੇ ਹੈ। ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ, ਤਾਂ ਫਿਰ ਕਿਹੜਾ ਗਾਂਧੀ? ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ। ਜੇ ਗਾਂਧੀ ਦਾ ਕੋਈ ਰੁਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ, ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਹੋ। ਸਤਿ ਸ੍ਰੀ ਅਕਾਲ। ਇੱਕ ਤਾਰਾ ਟੁੱਟਣ ਵਾਲਾ ਸਮਾਜ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਧੀ, ਉਹ ਤੇਰੀ ਥਾਂ ਤੇ ਕੋਈ ਹੋਰ ਆਜੂ ਬਥੇਰੇ ਫਿਰਦੇ ਆ। ਖਿੱਚ ਕੇ ਰੱਖੇ ਦੀ ਲਿਆਓ, ਦੂਜੇ ਨੂੰ ਪਾਓ ਲੰਮਾ। ਚੱਲ
ਛੇਤੀ ਕਰ ਛੇਤੀ ਮੇਰਾ ਬਾਬਲਾ ਉਹ ਬਾਈਦਾ ਹੁਣ ਕਿ ਦੁਬਾਰਾ ਲਵਾਉਣਾ ਨੰਬਰ ਬੈਠਾ ਦਾ ਤਾਂ ਜੇ ਬੈਠਣ ਜੋਗਾ ਆਏ ਹੋਵਾ ਆਏ ਰੱਖ ਇਹਨੂੰ ਖਿੱਚ ਕੇ ਮਾੜਾ ਜਾ ਆਇਓ ਕੀ ਸਮਝ ਰੱਖਿਆ ਪੁਲਿਸ ਨੂੰ ਤੁਸੀਂ ਲਿਆ ਦੂਜੇ ਨੂੰ ਪਾਓ ਦੂਜੇ ਨੂੰ ਲੈ ਕੇ ਆਓ ਵੈਸੇ ਪੁਲਿਸ ਵਾਲਿਆਂ ਦਾ ਹਿਸਾਬ ਪੱਕਾ ਸਭ ਨੂੰ ਮੰਡਵਾਂ ਪ੍ਰਸਾਦ ਮਿਲਦਾ ਓਏ ਮਾਰ ਮਾਰ ਛਲਤੀ ਸਾਲਿਆਂ ਦੀ ਫਿਰ ਵੇਖ ਕਿਵੇਂ ਦੰਦ ਕੱਢਦੇ ਆ ਸਾਲੇ ਢੀਠ ਨਾ ਹੋਣ ਤਾਂ ਜਿੰਨਾ ਚਿਰ ਮੈਨੂੰ ਗਾਂਧੀ ਦਾ ਪਤਾ ਨਹੀਂ ਨਾ ਤਾਂ ਇੱਥੇ ਮੈਂ ਛੱਡਣਾ ਨਹੀਂ ਗਾਂਧੀ ਚਾਹੀਦਾ ਮੈਨੂੰ ਗਾਂਧੀ ਲੈ ਆ ਗਿਆ ਗਾਂਧੀ ਓਏ ਇਹਨਾਂ ਨੂੰ ਪੇਸ਼ ਕਰਨ ਦੀ ਤਿਆਰੀ ਕਰੋ ਜੀ ਜਨਾਬ ਸਾਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਹੋਏ ਥੋੜ੍ਹੇ ਨਜ਼ਾਰੇ ਹੀ ਲਿਆਉਂਦੇ ਪਏ ਨੇ ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ ਹੈ ਸਾਡੇ ਨਾਲ ਹੀ ਜੇਲ੍ਹ 'ਚ ਆ ਗਏ ਸਾਲੇ ਉਹ ਅੱਡਾਂ 'ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਉੱਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ ਉਹ ਮੈਂ ਐਸ ਆਈ ਦਾ ਪਿਸਤੌਲ ਮੋੜਨ ਥਾਣੇ ਗਿਆ ਉਹਨਾਂ ਨੇ ਮੈਨੂੰ ਹੀ ਰੱਖ ਲਿਆ ਓਏ ਹੁਣ ਇੱਥੋਂ ਕਿਵੇਂ ਨਿਕਲੀਏ ਜੇ ਪਿੰਡਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਿਗਿਆੜ ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ ਚਲੋ ਬਈ ਮੁੰਡਿਓ ਜ਼ਮਾਨਤ ਹੋ ਗਈ ਤੁਹਾਡੀ ਹੋਰ ਗਾਂਧੀ ਮੁੰਡੇ ਤਕੜੇ ਨੇ